ਜੀ ਗੁਰਪ੍ਰੀਤ ਸਿੰਘ ਫਰੋਮ ਵੀਜ਼ਾ ਗੁਰੂ ਸਟੱਡੀ ਅਬਰੋਡ ਸੈਕਟਰ 17 ਚੰਡੀਗੜ੍ਹ। ਸੋ ਫਰੈਂਡਸ, ਅੱਜ ਦੀ ਵੀਡੀਓ ਕਾਫੀ ਫੈਂਟੈਸਟਿਕ ਹੋਣ ਵਾਲੀ ਆ। ਤਿੰਨ ਚਾਰ ਪੁਆਇੰਟ ਆਪਾਂ ਮੇਨ ਕਵਰ ਕਰਾਂਗੇ ਜੋ ਐਕਚੁਅਲ 'ਚ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹਰ ਕੈਟਾਗਰੀ ਦਾ, ਚਾਹੇ ਉਹ ਸਟੱਡੀ ਵੀਜ਼ਾ ਹੋਵੇ, ਵਿਜ਼ਟਰ PR ਜਾਂ ਸਪਾਊਸ ਵੀਜ਼ਾ ਹੋਵੇ। ਇਹਨਾਂ ਦਾ ਔਨਲਾਈਨ ਜਿਹੜਾ ਵੀਕਲੀ ਅਪਡੇਟਡ ਔਨਲਾਈਨ ਕੀ ਪ੍ਰੋਸੈਸਿੰਗ ਟਾਈਮ ਔਰ ਐਕਚੁਅਲ ਦੇ ਵਿੱਚ ਕੀ ਪ੍ਰੋਸੈਸਿੰਗ ਟਾਈਮ ਆ, ਇਸ 'ਤੇ ਆਪਾਂ ਐਨਾਲਾਈਜ਼ ਕਰਾਂਗੇ। ਦੈਨ ਸਟੂਡੈਂਟਸ, ਇੱਕ ਵੀਜ਼ਾ ਗੁਰੂ ਸਟੱਡੀ ਅਬਰੋਡ ਦੀ ਕਾਫੀ ਇੱਕ ਅੱਛੀ ਸਕਸੈਸ ਸਟੋਰੀ, ਇੱਕ ਯੂਨੀਕ ਸਕਸੈਸ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਵੇਂ 5 ਸਾਲ ਦਾ ਬੈਨ ਲੱਗਿਆ ਔਰ ਬਾਅਦ ਵਿੱਚ ਸਾਡੇ ਦੁਆਰਾ ਫਾਈਲ ਦੁਬਾਰਾ ਲੌਂਚ ਕਰਨ ਨਾਲ ਉਹਨਾਂ ਦਾ ਵੀਜ਼ਾ ਆਇਆ। ਦੈਨ ਸਟੂਡੈਂਟਸ, ਆਪਾਂ ਵਿਦਡਰੋ ਲੈਟਰ ਔਰ DLI ਚੇਂਜ ਜਿਹੜੇ ਸਟੂਡੈਂਟਸ ਨੇ ਕਰਵਾਏ ਸੀ, ਇਸ 'ਤੇ ਵੀ ਗੱਲ ਕਰਾਂਗੇ। ਸਟੂਡੈਂਟਸ, ਕਿਹੜੀ ਕੈਟਾਗਰੀ ਦੇ ਵੀਜ਼ਾ ਆ ਰਹੇ, SDS Non-SDS PTE ਬੇਸਡ ਟੋਫਲ, ਕਿੰਨਾ ਦਾ ਵੀਜ਼ਾ ਆ ਰਿਹਾ ਔਰ ਵੀਜ਼ਾ ਆਫਿਸਰ ਕੀ ਦੇਖ ਰਿਹਾ ਫਾਈਲ ਦੇ ਵਿੱਚ ਜਿਸ ਨਾਲ PPR ਉਹ ਇਸ਼ੂ ਕਰ ਰਹੇ ਆ। ਸਭ ਤੋਂ ਪਹਿਲਾਂ ਸਟੂਡੈਂਟਸ, ਆਪਾਂ ਗੱਲ ਸਟੱਡੀ ਵੀਜ਼ੇ ਦੀ ਕਰਾਂਗੇ ਜੋ ਔਨਲਾਈਨ ਜੋ ਔਨਲਾਈਨ ਪ੍ਰੋਸੈਸਿੰਗ ਟਾਈਮ ਚੱਲ ਰਿਹਾ 1 ਤੋਂ 7 ਅਗਸਤ 2021, ਮਤਲਬ 1 ਤਰੀਕ ਤੋਂ ਲੈ ਕੇ 7 ਅਗਸਤ ਤੱਕ ਫਾਈਲਸ ਜਿਹੜੀਆਂ ਇਹ ਮਤਲਬ ਉਹਨਾਂ ਦੇ ਰਿਜ਼ਲਟਸ ਆ ਜਿਹੜੇ ਉਹ ਇਸ਼ੂ ਕਰ ਰਹੇ ਆ। ਬਟ ਐਕਚੁਅਲ ਦੇ ਵਿੱਚ ਕੀ ਸਿਚੁਏਸ਼ਨ ਆ ਕਿ ਜਿਨ੍ਹਾਂ ਦੀਆਂ ਅਗਸਤ ਤੋਂ ਪਹਿਲਾਂ ਦੀਆਂ ਫਾਈਲਸ ਲੱਗੀਆਂ ਹੋਈਆਂ ਉਹ ਵੀ ਹਜੇ ਵੇਟ ਕਰ ਰਹੇ ਆ, ਔਰ ਕਈ ਵਾਰੀ ਕੀ ਹੁੰਦਾ ਕਿ ਅਸੀਂ 1 ਵੀਕ ਪਹਿਲਾਂ ਫਾਈਲ ਸਬਮਿਟ ਕਰਾਈ ਹੁੰਦੀ ਆ ਔਰ ਉਹਨਾਂ ਦਾ ਰਿਜ਼ਲਟ ਆ ਜਾਂਦਾ। ਤਾਂ ਐਕਚੁਅਲ ਦੇ ਵਿੱਚ ਪ੍ਰੋਸੈਸਿੰਗ ਟਾਈਮ ਹੋਰ ਆ, ਬਟ ਜਿਹੜਾ ਔਨਲਾਈਨ ਇਹ ਵੀਕਲੀ ਅਪਡੇਟ ਕਰਦੇ ਆ GCKEY ਤੇ, ਉਸ ਦਾ ਪ੍ਰੋਸੈਸਿੰਗ ਟਾਈਮ ਹੋਰ ਆ। ਇਸੇ ਤਰ੍ਹਾਂ ਹੀ ਸਟੂਡੈਂਟ, ਸਪਾਊਸ ਵੀਜ਼ਾ ਜਨਵਰੀ 5 ਤੋਂ ਲੈ ਕੇ ਔਰ 11 2020, ਮਤਲਬ ਪਿਛਲੇ ਸਾਲ ਦੀਆਂ ਫਾਈਲਸ ਇਹ ਸ਼ੋਅ ਕਰ ਰਿਹਾ ਕਿ ਅਸੀਂ ਉਹ ਫਾਈਲ ਦੇ ਰਿਜ਼ਲਟਸ ਦੇ ਰਹੇ ਹਾਂ। ਬਟ ਐਕਚੁਅਲ ਦੇ ਵਿੱਚ ਕੀ ਰਿਐਲਿਟੀ, ਸਭ ਨੂੰ ਪਤਾ ਕਿ ਸਾਡਾ 40 ਦਿਨਾਂ ਦੇ ਵਿੱਚ ਇੱਕ ਸਪਾਊਸ ਵੀਜ਼ਾ ਆਇਆ ਔਰ ਕਾਫੀ ਇੱਦਾਂ ਹੀ ਸਪਾਊਸ ਵੀਜ਼ੇ ਆ ਰਹੇ ਆ 30-30, 40-40 ਦਿਨਾਂ ਦੇ ਵਿੱਚ ਵੀ। ਔਰ ਇਸ ਤੋਂ ਬਾਅਦ ਸਟੂਡੈਂਟਸ, ਐਕਸਪ੍ਰੈਸ ਐਂਟਰੀ ਦੀ ਗੱਲ ਕਰਾਂਗੇ। ਐਕਸਪ੍ਰੈਸ ਐਂਟਰੀ 28 ਫਰਵਰੀ ਤੋਂ ਲੈ ਕੇ 6 ਮਾਰਚ 2021 ਦੀ ਜਿਹੜੀ ਹੀ ਅਪਡੇਟ ਦਿਖਾ ਰਹੇ ਆ ਕਿ ਅਸੀਂ ਇਹ ਤਰੀਕਾਂ ਦੀਆਂ ਜਿਹੜੀਆਂ ਫਾਈਲਸ ਨੂੰ ਰਿਜ਼ਲਟਸ ਦੇ ਰਹੇ ਹਾਂ। ਬਟ ਸਟੂਡੈਂਟਸ, ਐਕਚੁਅਲ ਦੇ ਵਿੱਚ ਕੀ ਆ ਕਿ ਇਸ ਤੋਂ ਜਿਹੜੀਆਂ ਪਹਿਲਾਂ ਦੀਆਂ ਫਾਈਲਾਂ ਲੱਗੀਆਂ ਹੋਈਆਂ ਫਰਵਰੀ ਦੇ, ਉਹਨਾਂ ਦੇ ਰਿਜ਼ਲਟਸ ਵੀ ਨਹੀਂ ਆ ਰਹੇ ਔਰ 6 ਮਾਰਚ ਤੋਂ ਬਾਅਦ ਵਾਲੇ ਦੇ ਵੀ ਬਹੁਤ ਘੱਟ ਜਿਹੜੇ ਐਕਸਪ੍ਰੈਸ ਐਂਟਰੀ ਦੇ ਰਿਜ਼ਲਟਸ PPR ਉਹ ਆ ਰਹੀਆਂ। ਤਾਂ ਸਟੂਡੈਂਟਸ, ਕੁੱਲ ਮਿਲਾ ਕੇ ਅਗਰ ਦੇਖੀਏ ਤਾਂ ਆਪਾਂ ਇਹ ਕਹਿ ਸਕਦੇ ਕੈਨੇਡਾ ਦੀ ਅੰਬੈਸੀ ਇੱਕ ਇੱਦਾਂ ਦੀ ਅੰਬੈਸੀ ਹੈ ਜਿਹਦਾ ਕੋਈ ਇੱਕ ਪਰਟੀਕੁਲਰ ਇੱਕ ਕੋਈ ਮਤਲਬ ਕਹਿ ਲਓ ਕਿ ਤੁਸੀਂ ਬਹੁਤ ਜ਼ਿਆਦਾ ਸਟੇਬਲ ਨਹੀਂ ਗਾ, ਫਲਕਚੁਲੇਟ ਬਹੁਤ ਜ਼ਿਆਦਾ ਕੁਛ ਹੁੰਦਾ, ਮਤਲਬ ਲਿਖਿਆ ਕੁਛ ਹੋਰ ਹੁੰਦਾ ਬਟ ਐਕਚੁਅਲ 'ਚ ਰਿਐਲਿਟੀ ਕੁਛ ਹੋਰ ਹੁੰਦੀ ਆ। ਬਟ ਹੁਣ ਆਉਣ ਵਾਲੇ ਟਾਈਮ 'ਚ ਦੇਖਦੇ ਹਾਂ ਕਿ ਕੀ ਇਹ ਅਪਡੇਸ਼ਨ ਕਰਦੇ ਆ, ਕਿੰਨਾ ਕੁ ਜ਼ਿਆਦਾ ਟਾਈਮ ਇਹ ਕਿਹੜੀ ਕੈਟਾਗਰੀ ਨੂੰ ਲਾਉਂਦੇ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ। ਦੈਨ ਸਟੂਡੈਂਟਸ, ਆਪਾਂ ਗੱਲ ਕਰੀਏ SDS ਔਰ Non-SDS ਦੀ। ਬਟ ਉਸ ਤੋਂ ਪਹਿਲਾਂ ਸਟੂਡੈਂਟਸ, ਇੱਕ ਮੈਂ ਤੁਹਾਡੇ ਨਾਲ ਸਕਸੈਸ ਸਟੋਰੀ ਸ਼ੇਅਰ ਕਰੂੰਗਾ, ਬਹੁਤ ਹੀ ਕਹਿ ਲਓ ਇੱਕ ਪ੍ਰਾਊਡ ਨਾਲ। ਵੀਜ਼ਾ ਗੁਰੂ ਸਟੱਡੀ ਅਬਰੋਡ ਨੇ ਇੱਕ ਵੀਜ਼ਾ ਲਗਵਾਇਆ ਨਵਨੀਤ ਕੌਰ, ਤੁਸੀਂ ਦੇਖ ਸਕਦੇ ਹੋ, ਇਹ ਜੀ ਹੈਗਾ 10 ਅਕਤੂਬਰ ਦਾ। ਇਹਨਾਂ ਦਾ 5 ਸਾਲ ਦਾ ਬੈਨ ਲਗਵਾਇਆ ਹੋਰ ਏਜੰਟ ਨੇ। ਰੀਜ਼ਨ ਕੀ ਸੀਗਾ ਕਿ ਜੋ ਇਹਨਾਂ ਨੇ BCOM ਕੀਤੀ ਸੀਗੀ ਬੈਚਲਰ, ਉਹ ਆਊਟ ਆਫ ਸਟੇਟ ਦੀ ਕੀਤੀ ਸੀ, ਇਹ ਪੰਜਾਬ ਦੇ ਸੀਗੇ। ਔਰ ਜਦੋਂ ਰਿਕੁਐਸਟ ਲੈਟਰ ਆਇਆ ਅੰਬੈਸੀ ਵੱਲੋਂ ਕਿ ਸਾਨੂੰ ਲੱਗਦਾ ਨਹੀਂ ਕਿ ਤੁਹਾਡੀ ਬੈਚਲਰ ਜੈਨੂਅਨ ਆ, ਤਾਂ ਉਹ ਏਜੰਟ ਨੇ ਇਹਨਾਂ ਨੂੰ ਦੱਸਿਆ ਹੀ ਨਹੀਂ, ਜਿਹੜਾ ਕਿ ਉਹ ਜਸਟੀਫਾਈਫਿਕੇਸ਼ਨ ਦੇਣ ਦਾ ਟਾਈਮ ਸੀਗਾ ਉਹ ਨਿਕਲ ਗਿਆ ਔਰ ਉਸ ਤੋਂ ਬਾਅਦ ਇਹਨਾਂ ਦਾ 5 ਸਾਲ ਦਾ ਬੈਨ ਲੱਗਿਆ। ਸਾਡੇ ਕੋਲ ਇਹ ਆਏ, ਅਸੀਂ ਇਹਨਾਂ ਦਾ ਕੇਸ ਜਿਹੜਾ ਲਿਆ ਔਰ ਇਹਨਾਂ ਦੀ ਪ੍ਰੋਫਾਈਲ ਤੁਹਾਨੂੰ ਦੱਸ ਦੇਣਾ। BCOM ਕੀਤੀ 2018 ਪਾਸ ਆਊਟ ਆ ਔਰ ਨਾਇਗਰਾ ਕਾਲਜ 'ਚ ਇਹ ਹੁਣ ਜਾ ਰਹੇ, ਜਨਵਰੀ ਇਨਟੇਕ, ਗ੍ਰੈਜੂਏਟ ਬਿਜ਼ਨਸ ਦਾ ਇਹਨਾਂ ਦਾ ਕੋਰਸ ਲਿਆ ਗਿਆ 1 ਸਾਲ ਦਾ ਔਰ ਪੰਜਾਬ ਦਾ ਇਹ ਸਟੂਡੈਂਟ ਆ। ਸਟੂਡੈਂਟ, ਸਭ ਤੋਂ ਵੱਡੀ ਗੱਲ, ਅਸੀਂ ਕੁਛ ਨਹੀਂ ਕੀਤਾ, ਉਸ ਡਿਗਰੀ ਨੂੰ ਜਸਟੀਫਾਈ ਜਿਹੜਾ ਯੂਨੀਵਰਸਿਟੀ ਤੋਂ ਕਰਵਾਇਆ ਉਹਨਾਂ ਦੇ ਲੈਟਰ ਪੈਡ 'ਤੇ ਲਿਖਵਾਤਾ ਕਿ ਇਹ ਜਿਹੜੀ ਬੈਚਲਰ ਡਿਗਰੀ ਆ ਇਹ ਬਿਲਕੁਲ ਜੈਨੂਅਨ ਆ ਔਰ ਇਸ ਨਾਲ ਹੀ ਜਿਹੜਾ ਵੀਜ਼ਾ ਇਹਨਾਂ ਦਾ ਆ ਗਿਆ, ਇਹਨਾਂ ਦੀ PPR ਆ ਗਈ। ਅਤੇ ਬਹੁਤ ਸਟੂਡੈਂਟਸ ਵੱਡੀ ਗੱਲ ਆ ਕਿ ਬਿਨਾਂ ਕਿਸੇ ਫੈਡਰਲ 'ਚ ਅਪੀਲ ਕੀਤੇ ਬਿਨਾਂ ਇੱਕ PPR ਆਉਣੀ ਸਿਰਫ ਜਸਟੀਫਿਕੇਸ਼ਨ। ਸਟੂਡੈਂਟਸ, ਕੀ ਆ ਕਿ IRCC ਨੂੰ ਇੱਕ ਬੋਨਾਫਾਈਡ ਸਟੂਡੈਂਟ ਚਾਹੀਦਾ ਹੁੰਦਾ, ਅਗਰ ਉਹਨਾਂ ਨੂੰ ਲੱਗਦਾ ਕਿ ਤੁਸੀਂ ਸੱਚੇ ਹੋ ਇੱਕ ਬੋਨਾਫਾਈਡ ਸਟੂਡੈਂਟ, ਤੋਂ ਡੈਫੀਨੇਟਲੀ ਯੂ ਵਿਲ ਗੈਟ ਦਾ ਵੀਜ਼ਾ। ਦੈਨ ਸਟੂਡੈਂਟਸ, ਆਪਾਂ ਗੱਲ ਕਰਾਂਗੇ SDS ਔਰ Non-SDS ਦੀ। ਕਾਫੀ ਰਿਊਮਰਸ ਆ ਮਾਰਕੀਟ ਦੇ ਵਿੱਚ ਕਿ PTE ਵਾਲਿਆਂ ਦੇ ਵੀਜ਼ਾ ਨਹੀਂ ਆ ਰਹੇ ਜਾਂ 1-5 ਵਾਲਿਆਂ ਦੇ ਵੀਜ਼ਾ ਨਹੀਂ ਆ ਰਹੇ। ਸਟੂਡੈਂਟਸ, ਇੱਦਾਂ ਦੀ ਕੋਈ ਗੱਲ ਨਹੀਂ ਗੀ, ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਸਕਦੇ ਹੋ, YouTube 'ਤੇ ਕਾਫੀ ਸਕਸੈਸ ਸਟੋਰੀਜ਼ ਆ Non-SDS ਦੀਆਂ। ਇਹਨਾਂ ਦੇ ਵਿੱਚ ਮੈਂ ਇਹ ਵੀ ਤੁਹਾਨੂੰ ਦੱਸਦਾ ਕਿ ਇਹ ਵੀਜ਼ਾ ਹੁਣ ਕੀ ਦੇਖ ਕੇ ਦੇ ਰਿਹਾ। ਸਟੂਡੈਂਟਸ, ਤੁਹਾਡਾ ਗੌਰਮੈਂਟ ਕਾਲਜ ਹੋਣਾ ਚਾਹੀਦਾ, ਪ੍ਰੋਗਰੈਸ਼ਨ ਆਫ ਸਟੱਡੀ ਹੋਣੀ ਚਾਹੀਦੀ ਆ ਤੁਹਾਡੀ ਵਧੀਆ, ਫਾਈਨੈਂਸ਼ੀਅਲ ਤੁਸੀਂ ਸਟਰੋਂਗ ਹੋਣੇ ਚਾਹੀਦੇ ਹੋ, SOP ਬਹੁਤ ਸੋਲਿਡ ਲੱਗੀ ਹੋਵੇ,
ਵਾਪਿਸ ਆਉਣ ਦਾ ਰੀਜ਼ਨ ਦਿੱਤਾ ਹੋਵੇ ਕਿ ਤੁਸੀਂ ਉੱਥੇ ਕੋਰਸ ਕਰਨ ਜਾ ਰਹੇ ਹੋ ਔਰ ਉਹ ਕੋਰਸ ਅਗਰ ਇੰਡੀਆ ਵਿੱਚ ਹੈ ਤਾਂ ਇੱਥੇ ਤੁਸੀਂ ਕਿਉਂ ਨਹੀਂ ਕੀਤਾ। ਇਹਨੂੰ ਬਹੁਤ ਅੱਛੀ ਤਰ੍ਹਾਂ ਤੁਹਾਨੂੰ ਉਹਨਾਂ ਨੂੰ ਇੱਕ ਮਤਲਬ ਕਹਿ ਲਓ ਸਮਝਾਉਣਾ ਪਊਗਾ ਤਾਂ ਹੀ ਵੀਜ਼ਾ ਆਊਗਾ। ਤਾਂ ਤਿੰਨ ਚਾਰ ਪੁਆਇੰਟ ਹੀ ਆ, ਨੋਨ SDS SDS ਕੋਈ ਮੈਟਰ ਨਹੀਂ ਕਰ ਰਿਹਾ, ਤੁਸੀਂ ਬੋਨਾਫਾਈਡ ਸਟੂਡੈਂਟਸ ਲੱਗਣੇ ਚਾਹੀਦੀਆਂ IRCC ਨੂੰ। ਸਟੂਡੈਂਟਸ ਹੋਰ ਕਿਸੇ ਵੀ ਜ਼ਿਆਦਾ ਜਾਣਕਾਰੀ ਲਈ ਐਨੀ ਟਾਈਮ ਕੰਟੈਕਟ ਕਰ ਸਕਦੇ ਹੋ। ਜਿੰਨਾ ਸਟੂਡੈਂਟਸ ਦੇ ਰਿਜ਼ਲਟਸ ਨਹੀਂ ਆ ਰਹੇ, ਨਵੰਬਰ ਦਸੰਬਰ ਦੇ ਮਿਡ ਤੱਕ ਕਾਫੀ ਸਪੀਡ ਅੱਛੀ ਹੋ ਜਾਏਗੀ ਔਰ ਮਤਲਬ ਕਾਫੀ ਵਧੀਆ ਇੱਕ ਪੋਜ਼ਿਟਿਵ ਟ੍ਰੈਂਡ ਦੇਖਣ ਨੂੰ ਮਿਲੂਗਾ ਆਪਾਂ ਨੂੰ ਅਗਲੇ ਮਹੀਨੇ ਤੋਂ ਹੀ। ਹੋਰ ਸਟੂਡੈਂਟਸ ਕਿਸੇ ਵੀ ਜ਼ਿਆਦਾ ਜਾਣਕਾਰੀ ਲਈ ਐਨੀ ਟਾਈਮ ਕੰਟੈਕਟ ਕਰ ਸਕਦੇ ਹੋ। ਰਿਫਿਊਜ਼ ਹੋ ਚੁੱਕੇ ਹੋ, ਸਾਡੀ ਕਿਸੇ ਹੈਲਪ ਦੀ ਲੋੜ ਆ ਤਾਂ ਤੁਸੀਂ ਐਨੀ ਟਾਈਮ ਮੈਨੂੰ ਵਟਸਐਪ 'ਤੇ ਕਾਲ ਕਰ ਸਕਦੇ ਹੋ ਸਟੂਡੈਂਟਸ। ਅਦਰਵਾਈਜ਼ ਸਟੂਡੈਂਟਸ ਇੰਨਾ ਪਿਆਰ ਦੇਣ ਦੇ ਲਈ ਫਾਰ ਯੂਰ ਲਵ ਐਂਡ ਰਿਸਪੈਕਟ ਥੈਂਕ ਯੂ, ਧੰਨਵਾਦ।